ਨਹਿਰ ਦੇ ਵਿੱਚ ਨਹਾਉਣ ਗਏ ਤਿੰਨ ਬੱਚਿਆਂ ਦੀਆਂ ਲਾਸ਼ਾਂ ਨੂੰ ਹੁਣ ਲੱਭ ਲਿਆ ਗਿਆ। ਗੋਤਾਖੋਰਾਂ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਤੇ ਹੁਣ ਤਿੰਨ ਬੱਚਿਆਂ ਦੀਆਂ ਲਾਸ਼ਾਂ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ। ਜਾਣਕਾਰੀ ਲਈ ਦੱਸ ਦਈਏ ਕਿ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਇਹ ਬੱਚੇ ਨਹਾਉਣ ਗਏ ਸਨ। ਰੱਸੀ ਨੂੰ ਫੜ ਕੇ ਇਹਨਾਂ ਵੱਲੋਂ ਪਾਣੀ ਦੇ ਵਿੱਚ ਡੁਬਕੀਆਂ ਲਗਾਈਆਂ ਜਾ ਰਹੀਆਂ ਸਨ, ਪਰ ਅਚਾਨਕ ਰੱਸੀ ਟੁੱਟ ਗਈ ਜਿਸ ਕਾਰਨ ਇਹ ਪਾਣੀ ਦੇ ਵਿੱਚ ਡੁੱਬ ਗਏ ਤੇ ਲਾਪਤਾ ਹੋ ਗਏ। ਜਿਸ ਤੋਂ ਬਾਅਦ ਬੀਤੇ ਦਿਨ ਤੋਂ ਗੋਤਾਖੋਰਾਂ ਵੱਲੋਂ ਇਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹੀਆਂ ਤੇ ਹੁਣ ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਨਹਿਰ ਦੇ ਵਿੱਚੋਂ ਕੱਢ ਲਈਆਂ ਗਈਆਂ। ਮ੍ਰਿਤਕਾਂ ਦੀ ਪਹਿਚਾਣ ਲਵਪ੍ਰੀਤ, ਕ੍ਰਿਸ਼ਨ ਅਤੇ ਜਸਕਰਨ ਵਜੋਂ ਹੋਈ ਹੈ ਤੇ ਇਹਨਾਂ ਦੀ ਉਮਰ 15 ਸਾਲ ਦੀ ਦੱਸੀ ਜਾ ਰਹੀ ਹੈ। ਇਹ ਮੰਦਭਾਗੀ ਘਟਨਾ ਅੰਮ੍ਰਿਤਸਰ ਦੇ ਰਾਜਾ ਸਾਂਸੀ ਦੇ ਵਿੱਚ ਲਾਹੌਰ ਬ੍ਰਾਂਚ ਨਹਿਰ ਦੇ ਕੋਲ ਵਾਪਰੀ ਹੈ, ਜਿੱਥੇ ਇਹ ਤਿੰਨ ਬੱਚੇ ਨਹਾਉਣ ਗਏ ਸਨ ਪਰ ਨਹਾਉਂਦੇ ਹੋਏ ਇਹ ਪਾਣੀ ਦੇ ਵਿੱਚ ਰੁੜ ਗਏ ਕਿਉਂਕਿ ਇਹਨਾਂ ਦੀ ਰੱਸੀ ਟੁੱਟ ਗਈ ਸੀ ਜਿਸ ਨੂੰ ਫੜ ਕੇ ਇਹ ਨਹਾ ਰਹੇ ਸਨ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਮੇਲਾ ਵੇਖਣ ਗਏ ਸਨ ਪਰ ਰਸਤੇ ਦੇ ਵਿੱਚ ਨਹਿਰ ਆਉਂਦੀ ਹੈ ਤੇ ਗਰਮੀ ਹੋਣ ਦੇ ਕਾਰਨ ਇਹਨਾਂ ਵੱਲੋਂ ਨਹਿਰ ਦੇ ਵਿੱਚ ਡੁਬਕੀਆਂ ਲਗਾਈਆਂ ਗਈਆਂ ਤੇ ਇਹ ਵੀ ਦੱਸਿਆ ਕਿ 4 ਬੱਚੇ ਗਏ ਸਨ। ਇੱਕ ਬੱਚੇ ਨੂੰ ਤਾਂ ਉਸੇ ਸਮੇਂ ਬਚਾ ਲਿਆ ਗਿਆ ਸੀ ਪਰ 3 ਬੱਚੇ ਉਹਨਾਂ ਦੇ ਲਾਪਤਾ ਹੋ ਗਏ ਸਨ, ਜਿਸ ਤੋਂ ਬਾਅਦ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਹਾਲਾਂਕਿ ਪੁਲਿਸ ਵੱਲੋਂ ਵੀ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਉੱਥੇ ਦੂਜੇ ਪਾਸੇ ਜੇ ਮਾਪਿਆਂ ਦੀ ਗੱਲ ਕੀਤੀ ਜਾਵੇ ਤਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ, ਕਿਉਂਕਿ ਉਹਨਾਂ ਨੇ ਆਪਣੇ ਮਾਸੂਮ ਬੱਚੇ ਗਵਾ ਲਏ ਨੇ। ਬੁਰਾ ਸਿੰਘ, ਮੇਰਾ ਭਤੀਜਾ ਜੀ, ਉਹ ਨਹਿਰ ਤੇ ਪਾਰ ਮੇਲਾ ਚੱਲ ਰਿਹਾ ਸੀ, ਵੇਖਣ ਗਏ, ਤਿੰਨੇ ਜਾਣੇ ਨਹਾਉਣ ਡਿਆ ਸੀ, ਰੱਸੀ ਟੁੱਟ ਗਈ, ਰੱਸੀ ਮਾੜੀ, ਤਿੰਨੇ ਡੁੱਬ ਕੇ ਪੂਰੇ ਹੋ ਗਏ। ਕੱਲ੍ਹ ਇੱਕ ਅਸੀਂ ਆਪ ਲੱਭਿਆ, ਉਸ ਤੋਂ ਬਾਅਦ ਗੋਤਾਖੋਰ ਮੰਗਾਏ, ਗੋਤਾਖੋਰਾਂ ਨੇ ਕੁਛ ਨਹੀਂ ਲੱਭਿਆ, ਇੱਕ ਦੀ ਅਸੀਂ ਕੱਲ੍ਹ ਹੀ ਲੱਭ ਲਈ। ਉਹਨਾਂ ਨੇ 40,000 ਰੁਪਇਆ ਇੱਕ ਲਾਸ਼ ਦਾ ਮੰਗਿਆ ਪਰ ਲੱਭ ਕੇ ਨਹੀਂ ਦੇ ਗਿਆ। ਫਿਰ ਅੱਜ ਅਸੀਂ 5 ਵਜੇ ਉੱਠੇ, ਰੱਸਾ ਲੈ ਕੇ ਸਾਰੇ ਪਿੰਡ ਦੇ ਵਾਸੀ ਰਲ ਕੇ ਨਹਿਰ 'ਚ ਵੜ ਕੇ ਫਿਰ ਕੇ ਫਿਰ ਅਸੀਂ ਇੱਕ ਲਾਸ਼ ਲੱਭੀ। ਇੱਕ ਲਾਸ਼ਾਂ ਨੂੰ ਅੱਜ 12 ਯਾਨੀ ਕਿ 11:30 ਵਜੇ ਫੋਨ ਆਇਆ, ਚਵਿੰਡੇ ਤੋਂ ਮਿਲੀ ਆ, ਤਿੰਨੇ ਲਾਸ਼ਾਂ ਸਾਨੂੰ ਮਿਲ ਗਈਆਂ। ਲਵਪ੍ਰੀਤ ਸਿੰਘ, ਪ੍ਰਸ਼ਾਸਨ ਨੂੰ ਇਹ ਕਹਿੰਦਾ ਵੀ ਇਹ ਗਰੀਬ ਪਰਿਵਾਰ ਇਹਨਾਂ ਦੀ ਮਦਦ ਕੀਤੀ ਜਾਵੇ। ਗੁਰੂ ਨਾਨਕ ਮੈਡੀਕਲ ਕਾਲਜ ਇੱਥੇ ਕੀਤਾ ਜਾ ਰਿਹਾ, ਤਿੰਨਾਂ ਦੀ ਮਿਲ ਗਈ, ਲਾਗੇ ਲਾਗੇ ਰਹਿੰਦੇ, ਬਿਲਕੁਲੋਂ ਲਾਗੇ ਲਾਗੇ, ਇਸ ਤਰ੍ਹਾਂ ਗਲੀਆਂ ਵੱਖ ਵੱਖ ਨੇੜੇ ਨੇੜੇ ਬਿਲਕੁਲੋਂ। ਕਿਹੜੇ ਪਿੰਡ ਦੇ ਵਸਨੀਕ ਦੇ? ਟੋਲਾ ਨੰਗਲ ਦੇ ਜੀ। ਟੋਲਾ ਨੰਗਲ ਤੇ ਨਹਿਰ ਵੀ ਉੱਥੇ ਹੀ? ਨਹਿਰ ਵੀ ਟੋਲਾ ਨੰਗਲ ਹੀ ਪੈਂਦੀ ਹੈ। ਕਿੰਨੀ ਕੁ ਦੂਰ ਸੀ ਗੁਰਦੁਆਰਾ ਸਾਹਿਬ ਵਿੱਚ ਘਰ ਤੋਂ ਜਿਹੜਾ ਗਏ ਸੀ? ਇਹ ਕੋਈ 2 ਕਿਲੋਮੀਟਰ। ਨਹੀਂ, ਜਿਹੜਾ ਵੱਡਾ ਲਵਪ੍ਰੀਤ ਉਹਦੇ ਤਰ ਲੈਂਦਾ ਸੀ, ਦੂਜੇ 2 ਨਹੀਂ ਤਰਦੇ। ਮੇਰਾ ਨਾਮ ਕਿਰਪਾਲ ਸਿੰਘ ਹੈ। ਅਸੀਂ ਜੀ ਗਏ ਹਾਂ ਦਰਬਾਰ ਸਾਹਿਬ, ਗਏ ਹਾਂ, ਛੋਟਾ ਬੱਚਾ ਸੀ ਸਾਡੇ ਹੀ ਅਤੇ ਸਾਡੇ ਮਗਰੋਂ ਇਹ ਗਏ ਸੀ ਮੱਥਾ ਟੇਕਣ ਗੁਰਦੁਆਰਾ ਸਾਹਿਬ, ਉੱਥੇ ਮੁੜ ਕੇ ਨਹਿਰ ਨਹਾਉਣ ਡਿਆ ਪਿਆ, ਇਹਨਾਂ ਕੋਲ ਰੱਸੀ ਨਾ ਨਹਾਉਣ ਡਿਆ ਸੀ ਅਤੇ ਰੱਸੀ ਵੀ ਟੁੱਟ, ਮੁੜ ਕੇ ਬਾਅਦ 'ਚ ਇਹਨਾਂ ਕੋਲ ਕਵਰ ਨਹੀਂ ਕੀਤਾ ਗਿਆ ਅਤੇ ਪਾਣੀ 'ਚ ਡੁੱਬ ਗਏ। 3 ਬੱਚੇ ਹੋ ਗਏ। ਹਾਂ, 3 ਦੀ ਹੋ ਗਈ। ਉਮਰ ਕਿੰਨੀ ਕਿੰਨੀ? 15 ਸਾਲ ਹੈ। ਇੱਕ ਦੀ 15 ਸਾਲ, ਦੋਵਾਂ 18। ਇੱਕ ਦੀ ਕੱਲ੍ਹ ਮਿਲੀ, ਦੋਵਾਂ ਦੀ ਅੱਜ ਮਿਲੀ ਆ ਜੀ। ਹਾਂਜੀ, ਦੇਖੋ ਜੀ, ਅਸੀਂ ਤੁਹਾਨੂੰ ਕੀ ਕਰ ਸਕਦੇ ਹਾਂ, ਸਾਡੇ ਪੁੱਤ ਘਰੋਂ ਜਵਾਨ ਚਲ ਗਿਆ ਜੀ।
ਗਲਤੀ ਕਿੰਨੀ ਕੁ ਗਲਤੀ ਹੈ ਕਿ ਮਾਪਿਆਂ ਨੂੰ ਜਾਂ ਮਾਪੇ ਚੀਜ਼ ਨੂੰ ਸਮਝਾਉਣ ਜਾਂ ਆਲੇ ਦੁਆਲੇ ਜਿਹੜੇ ਲੋਕ ਇਹਨੇ ਕਿਸੇ ਨੇ ਡੱਕਿਆ ਉਹਨਾਂ ਨੂੰ ਤਾਂ ਕੀ ਗੱਲ ਹੈ? ਹਾਂਜੀ ਮੁੰਡੇ ਦੇ ਨਾਲ ਨਹਿਰ ਮੈਂ ਡੋਕਾ ਮਾਰਿਆ ਪਰ ਨਹੀਂ ਬੱਚਿਆਂ ਨੇ ਕਹਿਣਾ ਮੰਨਿਆ। ਇਹ ਤਾਰੂ ਸੀ ਜੀ? ਤਾਰ ਨਹੀਂ 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 ਤਾਰ ਨਹੀਂ ਲੈਂਦੇ ਜੀ, ਛੋਟੇ ਬੱਚੇ ਆ। ਛੋਟੇ ਬੱਚੇ? ਹਾਂਜੀ ਤਾਰ ਨਹੀਂ ਲੈਂਦੇ। ਪੜ੍ਹਦੇ? ਹਾਂਜੀ ਪੜ੍ਹਦਾ ਜੀ, ਦਸਵੀਂ ਕਲਾਸ 'ਚ ਪੜ੍ਹਦਾ ਬੱਚਾ ਮੇਰਾ। ਹਾਂਜੀ ਇਹ ਜਿਹੜੇ ਤਿੰਨੇ ਦੋਸਤ ਸੀਗੇ ਲਾਗੇ ਲਾਗੇ ਰਹਿੰਦੇ ਸੀ ਕਿ ਵੱਖਰੇ ਹੋਣਗੇ? ਦੋ ਤਾਂ ਲਾਗੋ ਲੱਗੇ, ਇੱਕ ਦੂਰ ਹੀ ਲੱਗੇ। ਤਿੰਨੇ ਦੋਸਤ ਹੀ? ਹਾਂਜੀ। ਨਹਾਉਂਦੇ ਤਾਂ ਅਸੀਂ ਮੁੱਕੇ ਦੇ ਗਏ ਉਦੋਂ, ਭਾਗੇ ਸ਼ਾਲਾ ਲੱਭੇ ਬੰਦੇ ਹੇਠ ਲੱਭੇ, ਮੁੜ ਕੇ ਸ਼ਾਮ ਨੂੰ ਅੱਜ ਇੱਦਾਂ ਫੋਨ ਫਾਨ ਕੀਤਾ ਇੱਕ ਦੂਜੇ ਨੂੰ, ਜਦੋਂ ਪਿੰਡ ਸਾਰੇ ਗਏ ਉੱਥੇ ਗਏ ਉੱਥੇ ਇਕੱਠੇ ਕੁੱਠੇ ਹੋਏ ਸਾਰੇ, ਅਸੀਂ ਲੱਭਦੇ ਰਹੇ। ਇੱਕ ਤਾਂ ਲੱਭ ਗਈ ਮੌਕੇ ਦੇ ਲਾਸ਼, ਉਹ ਵੀ ਲੱਭੀ ਚਾਰ ਸਾਢੇ ਚਾਰ ਵਜੇ ਟਾਈਮ 'ਤੇ। ਮੁੜ ਕੇ ਸ਼ਾਮੀ ਗੋਤਾਖੋਰ ਆਏ ਆ, ਉਹਨਾਂ ਨੂੰ ਅਸੀਂ ਕਿਹਾ ਲਾਸ਼ਾਂ ਲੱਭਣੀਆਂ, ਮੰਗਵਾਏ ਗਏ ਆ, ਉਹਦੇ ਪਹਿਲਾਂ ਸਾਨੂੰ ਦਾਰੂ ਪਿਓ ਲਿਆ ਕੇ ਅਸੀਂ ਫਿਰ ਵਿੱਚ ਵੜਨਾ ਆ, ਸਾਨੂੰ ਠੰਡ ਲੱਗਦੀ ਉੱਦਾਂ ਦੋ ਘਰਾਂ ਰੌਣ ਰੌਣ ਰੋਣਾ ਮਾਰੇ ਨਹੀਂ ਉਹਨਾਂ ਕੋਈ ਗੱਲ ਬਣੀ। ਹੁਣ ਕਹਿੰਦੇ ਦਾਰੂ ਲਿਓ, ਦਾਰੂ ਲਿਆ ਕੇ ਉਹਨਾਂ ਦਿੱਤੀ, ਕਹਿੰਦੇ ਚਲੋ ਭਾਈ ਹੁਣ ਵੇਖ ਲਓ ਤੁਸੀਂ। ਮੁੜਕਿਆਂ ਦਾ ਜਿਹੜੀ ਗੈਸ ਖਤਮ ਹੋ ਗਈ ਆ, ਸਿਲੰਡਰ ਖਤਮ ਹੋ ਗਿਆ, ਸਾਡੇ ਸਿਲੰਡਰ ਹੁਣ ਖਤਮ ਹੋ ਗਏ, ਮੁੜ ਕੇ ਪੀ ਪਊਗੀ ਤਾਂ ਫਿਰ ਚਲ ਗਏ ਆ। ਮੁੜ ਕੇ ਸਾਰੇ ਸਾਡੇ ਪਿੰਡ ਦੇ ਸਹਿਯੋਗ ਦਿੱਤਾ, ਸਵੇਰ ਦੇ ਉੱਥੇ ਜਾ ਕੇ ਲੱਭਣ ਡੇ ਆ, ਹੁਣ ਲੱਭਾ ਇੱਕ ਮੁੰਡਾ ਸਵੇਰੇ 6:40 ਤਾਂ ਇੰਨੇ ਕੁ ਮਿਲਿਆ, ਇੱਕ ਹੁਣ ਉੱਥੋਂ ਲੱਭਾ ਆ ਚਮਿੰਦਿਓ ਸਾਹਿਬ ਸਿੱਖਲਾ ਕੋਲ। ਕੀ ਮੰਗ ਕਰਦੇ? ਜਿਹੜੇ ਬੱਚੇ ਲੱਭ ਗਏ ਇੰਨਾ ਬੜਾ ਬਹੁਤ ਮਿਹਰਬਾਨੀ ਹੋ ਗਈ ਆ। ਪਰਿਵਾਰ ਦੀ ਹਾਲਤ ਕਿਸ ਤਰ੍ਹਾਂ? ਪਰਿਵਾਰ ਬਹੁਤ ਰੋਗ ਬਣਿਆ ਹੋਇਆ, ਦੁਖੀ ਬਹੁਤ ਦੁਖੀ ਆ ਪਰਿਵਾਰ। ਪਰਿਵਾਰ ਭਾਈ ਤੁਸੀਂ ਵੇਖੀ ਡਿਆ ਜੋ ਕੀ ਹਾਲ ਬਣ ਰਿਹਾ ਹੈ? ਦੱਸਿਆ ਜਾ ਰਿਹਾ ਕਿ ਦੋ ਭਰਾ ਜਿਹੜੇ ਨੇ ਚਾਚੇ ਤਾਏ ਦੇ, ਚਾਚੇ ਤਾਏ ਤਾਂ ਵੀ ਹਾਂਜੀ ਆ, ਲਾਗੋ ਲਾਗੋ ਵੇਖ ਲਓ ਘਰ ਜੋ ਬਹੁਤ ਮੰਦਾ ਹਾਲ ਆ ਪਰਿਵਾਰ ਦਾ। ਤੇ ਭਾਈ ਇਹਨਾਂ ਤਿੰਨ ਬੱਚੇ ਸੀ ਉੱਥੇ ਤੋਲੇ ਨੰਗਲ ਦੇ, ਤਿੰਨੋਂ ਰਹਿਣ ਵਾਲੇ ਸੀ, ਤਿੰਨੇ ਨਾਬਾਲਗ ਸੀ, ਇੱਕ 15 ਸਾਲਾਂ ਦਾ, ਇੱਕ 17 ਸਾਲਾਂ ਦਾ, ਇੱਕ 13 ਸਾਲਾਂ ਦਾ। ਇਹ ਉੱਥੇ ਆਪਣੇ ਲਾਗੇ ਨਹਿਰ ਵਗਦੀ ਆ, ਉੱਥੇ ਨਹਾ ਰਹੇ ਸੀ, ਨਹਿਰ ਦਾ ਵਹਾਵ ਜ਼ਿਆਦਾ ਹੋਣ ਕਰਕੇ ਰੱਸੀ ਇਹਨਾਂ ਨੇ ਲਾਗੇ ਬੰਨ੍ਹ ਕੇ ਅਤੇ ਉਹ ਰੱਸੀ ਟੁੱਟ ਗਈ ਅਤੇ ਨਹਾ ਚਾਰ ਜਣੇ ਰਹੀ, ਇੱਕ ਜਣਾ ਬਚ ਗਿਆ ਮੌਕੇ ਤੋਂ, ਜਿਹੜੇ ਤਿੰਨ ਜਣੇ ਸੀ ਉਹ ਵਹਾਵ ਜ਼ਿਆਦਾ ਹੋਣ ਕਰਕੇ ਆਪਣਾ ਨੂੰ ਬਚਾ ਨਾ ਸਕੇ ਅਤੇ ਵਿੱਚ ਹੀ ਉਹਨਾਂ ਦੀ ਡੈਥ ਹੋ ਗਈ ਅਤੇ ਮੈਨੂੰ ਹੁਣ ਤਿੰਨਾਂ ਦੀ ਡੈੱਡ ਬੋਡੀ ਬਰਾਮਦ ਹੋ ਗਈਆਂ ਨੇ। ਇੱਥੇ ਆਪਾਂ ਪੋਸਟਮਾਰਟਮ ਕਰਵਾਉਣ ਆਏ, ਇਹਨਾਂ ਨੂੰ ਕਾਗਜ਼ ਇਹਨਾਂ ਦੇ ਹਵਾਲੇ ਕਰਤੇ ਆ, ਉਹਨਾਂ ਨੇ ਬੋਰਡ ਨਿਯੁਕਤ ਕਰਤਾ ਵਾ। ਜੇ ਕੋਈ ਨੋਰਮਲ, ਚਲੋ ਇੱਕ ਤਾਂ ਕੱਲ੍ਹ ਮਿਲ ਗਈ, ਇਹ ਦੋ ਅੱਜ ਮਿਲੀਆਂ ਨੇ ਅਤੇ ਗੋਤਾਖੋਰ ਵੀ ਬੁਲਾਏ ਸੀ, ਹੋਰ NDRF ਦੀ ਟੀਮ ਵੀ ਆਈ ਸੀ, ਲੋਕਾਂ ਲੋਕਲ ਜਿਹੜੇ ਆਪਣੇ ਮੁੰਡੇ ਨੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਦਦ ਕੀਤੀ, ਸਾਰਿਆਂ ਨੇ ਵੱਧ ਚੜ੍ਹ ਕੇ ਮਦਦ ਕਰਕੇ ਅਤੇ ਹੁਣ ਤਿੰਨੇ ਬੋਡੀ ਲੱਭ ਗਈਆਂ ਨੇ। ਲੋਕਾਂ ਨੂੰ ਹੁਕਮ ਦਿੱਤੇ ਹੁੰਦੇ ਨੇ ਕਿ ਨਹਿਰ ਦੇ ਵਿੱਚ ਨਾ ਚੱਲਦੇ ਪਾਣੀ 'ਚ ਨਹਾਇਆ ਜਾਵੇ, ਉਹ ਖਤਰਨਾਕ ਹੈ, ਪਰ ਫਿਰ ਵੀ ਲੋਕ ਬਾਜ ਨਹੀਂ ਆਉਂਦੇ ਕਿ ਉੱਥੇ ਸਖਤੀ ਕੀਤੀ ਗਈ ਸੀ ਇਸ ਤਰ੍ਹਾਂ ਦੀ ਕਿ ਬੱਚੇ ਨਾ ਨਹਾਉਣ ਨਹਿਰ? ਦੇਖੋ ਨਹਿਰੀ ਵਿਭਾਗ ਵੱਲੋਂ ਜਾਂ ਹੋਰ ਵੱਲੋਂ ਹੁਕਮ ਪਹਿਲਾਂ ਕੀਤੇ ਗਏ ਸੀ ਇਹਨਾਂ ਚੀਜ਼ਾਂ ਤੋਂ ਬਚਾਅ ਰੱਖਿਆ ਜਾਵੇ, ਜਿੱਦਾਂ ਜਗਦੇਵ ਕਲਾਂ ਨਹਿਰ ਆ ਉਹਦੇ ਉੱਤੇ ਪਹਿਲਾਂ ਵੀ ਹਦਾਇਤ ਲਿਖ ਕੇ ਵੀ ਹਦਾਇਤ ਲਿੱਤੀ ਗਈ ਹੈ ਅਤੇ ਇੱਥੇ ਪਾਣੀ ਦਾ ਵਹਾਵ ਜ਼ਿਆਦਾ, ਇੱਥੇ ਨਾ ਨਹਾਇਆ ਜਾਵੇ, ਪਰ ਉਸਦੇ ਬਾਵਜੂਦ ਵੀ ਇਹ ਲੋਕ ਕਈ ਵਾਰ ਮਤਲਬ ਕਿ ਮੇਲੇ 'ਚ ਗਏ ਸੀ ਉੱਥੇ ਉਹਨਾਂ ਨੇ ਥੋੜ੍ਹੀ ਸ਼ਰਾਰਤ ਜਾਂ ਲਾ ਲਓ ਅਤੇ ਆਪਾਂ ਕਿਸ ਵਹਾਵ ਜ਼ਿਆਦਾ ਹੋਣ ਕਰਕੇ ਕੰਮ ਹੋ ਗਿਆ ਅਤੇ ਹੁਣ ਪੋਸਟਮਾਰਟਮ ਕਰਵਾ ਕੇ ਮਾਲੀ, ਹਾਂਜੀ ਮਾਲੀ ਸਹਾਇਤਾ ਜਿਹੜੇ ਆਪਣੇ ਮਾਲ ਮਹਿਕਮਾ ਜਾਂ DC ਸਾਹਿਬ ਉਹਨਾਂ ਦੇ ਤਹਿਸੀਲਦਾਰ ਸਾਹਿਬ ਨਾਲ ਗੱਲ ਹੋਈ, ਜੋ ਬਣਦੀ ਹੋਊਗੀ ਜੋ ਦਾਇਰੇ ਦੇ ਵਿੱਚ ਰਹਿ ਕੇ ਕਾਨੂੰਨ ਦੇ ਮੁਤਾਬਕ ਹੋਊਗੀ ਉਹ ਪੂਰੀ ਤਰ੍ਹਾਂ ਉਹਨਾਂ ਵੱਲੋਂ ਦਿੱਤੀ ਜਾਊਗੀ। ਕੋਈ ਇਸ ਤਰ੍ਹਾਂ ਦੀ ਗੱਲ ਤਾਂ ਸਾਹਮਣੇ ਆਈ ਨਹੀਂ ਵੀ ਇਹਨਾਂ ਨੂੰ ਕਿਸੇ ਨੇ ਜਾਣ ਬੁੱਝ ਕੇ ਰੱਸੀ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਜਾਂਚ ਕੀਤੀ ਆਪਾਂ ਪੂਰੀ ਸਾਰੀ? ਹਾਂਜੀ ਤਾਂ ਬਿਲਕੁਲ। ਇਹ ਨਾਮ ਦੱਸ ਦਿਓ। SI ਕਰਮਪਾਲ ਸਿੰਘ ਜੀ।